ਯਾਰ ਪਿੱਛੇ ਰਹੋ ਪਿੱਛੇ ਹਾਂਜੀ ਮੈਂ ਸ਼ਾਨੀ ਸ਼ਰਮਾ ਮੈਮ ਮਹਿਲਾ ਕਾਂਗਰਸ ਦੀ ਜ਼ਿਲ੍ਹੇ ਦੀ ਪ੍ਰਧਾਨ ਆ ਅੱਜ ਜਿਹੜਾ ਇਹ ਟਰਸਟ ਵੱਲੋਂ ਹੁੰਦਾ ਪਿਆ ਨਾ ਤੇ ਇਹਨਾਂ ਨੇ ਏ ਬਲੋਕ ਤੋਂ ਇੱਕ ਨੰਬਰ ਤੋਂ ਸ਼ੁਰੂ ਕੀਤਾ ਨਾ ਬੀ ਬਲੋਕ ਦੇ ਇੱਕ ਨੰਬਰ ਤੋਂ ਇਹਨਾਂ ਨੇ ਉਸ ਬਲੋਕ ਤੋਂ ਸ਼ੁਰੂ ਕੀਤਾ ਜਿਸ ਬਲੋਕ 'ਚ ਮੇਰੀ ਰਿਹਾਇਸ਼ ਸੀ ਜਦਕਿ ਮੇਰੇ ਪਾਸੇ ਦੇਖੋਗੇ ਤੁਸੀਂ ਇੱਕ ਵਾਰੀ ਕੈਮਰਾ ਘੁਮਾ ਕੇ ਕਿਸੇ ਨੇ ਗ੍ਰਿਲ ਬਾਹਰ ਦੀ ਲਗਾਈ ਹੋਈ ਕਿਆਰੀਆਂ ਬਣਾਈਆਂ ਹੋਈਆਂ ਵਾ ਗ੍ਰੀਨ ਪੇੜ ਪੌਦੇ ਲਗਾਏ ਹੋਏ ਆ ਉਹਨਾਂ ਨੂੰ ਵੀ ਜਾਣ ਬੁੱਝ ਕੇ ਢਾਇਆ ਗਿਆ ਕਿ ਇਹਨਾਂ ਨੂੰ ਇਹ ਐਂਟੀ ਪਾਰਟੀ ਮਿਸ਼ਨ ਚਾਲੂ ਕੀਤਾ ਹੋਇਆ ਵਾ ਜੀਵਨ ਜੋ ਉਹਨੇ ਵੋਟਾਂ ਤੇ ਲੋਕਾਂ ਕੋਲ ਲੈ ਲਈਆਂ ਪਰ ਅੱਜ ਲੋਕਾਂ ਨਾਲ ਕੇ ਖੜੀ ਨਹੀਂ ਹੋ ਰਹੀ ਕਿਤੇ ਵੀ ਔਰ ਇਹਨਾਂ ਦੇ ਨੁਮਾਇੰਦੇ ਜਿਹੜੇ ਆਪਣੇ ਮੁਆਮਾ ਦੇ ਨੁਮਾਇੰਦੇ ਕਹਿੰਦੇ ਉਹ ਵੀ ਅੱਜ ਆਪਣੇ ਘਰਾਂ ਦੇ ਵਿੱਚ ਲੁਕ ਕੇ ਬੈਠੇ ਨੇ ਉਹ ਵੀ ਨਹੀਂ ਬਾਹਰ ਆ ਰਹੇ ਨੋਟਿਸ ਭੇਜਿਆ ਗਿਆ ਸੀ ਅਸੀਂ ਉਦੋਂ ਕੋਰਟ ਚ ਜਾਣ ਲੱਗੇ ਸੀ ਜੀਵਨ ਜੋਤ ਨੇ ਵੀਡੀਓ ਕਾਲ ਕਰਕੇ ਲੋਕਾਂ ਨੂੰ ਕਿਹਾ 100-150 ਬੰਦੇ ਦੀ ਮੀਟਿੰਗ ਸੀ ਕਿ ਤੁਹਾਨੂੰ ਕਿਸੇ ਨੂੰ ਕੋਈ ਪੈਸਾ ਖਰਚਣ ਦੀ ਲੋੜ ਨਹੀਂ ਕਿਸੇ ਨੂੰ ਕੋਰਟ ਚ ਜਾਣ ਦੀ ਲੋੜ ਨਹੀਂ ਮੈਂ ਖੜੀ ਹਾਂ ਇੱਥੇ ਤੁਹਾਡੀ ਮੈਂ ਇੱਕ ਇੱਟ ਨਹੀਂ ਹਿੱਲਣ ਦੇਵਾਂਗੀ ਔਰ ਅੱਜ ਦੀ ਡੇਟ ਚੋ ਕਿਸੇ ਦਾ ਫੋਨ ਨਹੀਂ ਚੁੱਕਦੀ ਪਈ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਕੋਰਟ ਜਾਣਾ ਟਾਈਮ ਦਿੱਤਾ ਜਾਂਦਾ ਕਿਉਂ ਤੁਸੀਂ ਏਦਾਂ ਕੀਤਾ ਵਾ ਸਾਨੂੰ ਦੋ ਦਿਨ ਦੇ ਦਿੰਦੇ ਸੋਮਵਾਰ ਤਾਂ ਸਾਡੀ ਕੋਰਟ ਦੇ ਵਿੱਚ ਪਟੀਸ਼ਨ ਪੈ ਜਾਣੀ ਸੀ ਸਾਡਾ ਪ੍ਰੋਸੈਸ ਕਿਉਂਕਿ ਇਹ ਹੱਥ ਵਿੱਚ ਪਏ ਲੱਡੂ ਨਹੀਂ ਕਿ ਮਿੰਟ 'ਚ ਖਾ ਲਾਂਗੇ ਕੋਰਟ ਦਾ ਜਿਹੜਾ ਹਾਈ ਕੋਰਟ ਜਦੋਂ ਜਾਂਦੀ ਕੋਈ ਚੀਜ਼ ਟ੍ਰਾਂਸਲੇਸ਼ਨ ਕਰਨੀਆਂ ਪੈਂਦੀਆਂ ਰਜਿਸਟਰੀਆਂ ਲੈਣੀਆਂ ਪੈਂਦੀਆਂ ਐਫੀਡੈਵਿਟ ਹੁੰਦੇ ਆ ਸਾਰਾ ਕੰਮ ਇਹਨਾਂ ਨੇ ਸਾਨੂੰ ਦੋ ਦਿਨ ਦਾ ਮੌਕਾ ਵੀ ਨਹੀਂ ਦਿੱਤਾ ਚੇਅਰਮੈਨ ਸਾਹਿਬ ਨੇ ਕਿ ਦੋ ਦਿਨ ਦਾ ਮੌਕਾ ਦੇ ਦਿਓ 29 ਤਰੀਕ ਹੈ 22 ਤਰੀਕ ਨੂੰ ਤੁਸੀਂ ਤੋੜ ਲਿਓ ਕਿ 23 ਨੂੰ ਤੋੜ ਲਿਓ ਸਾਨੂੰ ਸਿਰਫ ਸੋਮਵਾਰ ਤੱਕ ਦਾ ਟਾਈਮ ਦਿੱਤਾ ਸੀ ਸੋਮਵਾਰ ਤੁਹਾਨੂੰ ਕੁਝ ਲਿਆ ਕੇ ਫੜਾ ਦਾਂਗੇ ਅਸੀਂ ਪਾਰਟੀ ਬਣ ਜਾਾਂਗੇ ਪਰ ਇਹਨਾਂ ਨੇ ਸਾਡੀ ਨਹੀਂ ਸੁਣੀ ਅਸੀਂ ਹਜੇ ਵੀ ਕੋਰਟ 'ਚ ਜਾ ਰਹੇ ਹਾਂ ਜੀ ਅਸੀਂ ਆਪਣਾ ਤਾਂ ਉੱਥੇ ਪ੍ਰੋਸੈਸ ਚਾਲੂ ਕੀਤਾ ਹੀ ਆ ਹਾਈ ਕੋਰਟ ਦੇ ਵਿੱਚ ਅਸੀਂ ਕਾਨੂੰਨੀ ਲੜਾਈ ਲੜਾਂਗੇ ਮੈਂ ਰਕੇਸ਼ ਗਰਗ ਨਿਗਰਾਨ ਇੰਜੀਨੀਅਰ ਜੀ ਇੰਪਰੂਵਮੈਂਟ ਟਰੱਸਟ ਅੰਮ੍ਰਿਤਸਰ ਤੋਂ ਇਹ ਜਿਹੜੀ COCP ਸੀਗੀ ਆਨਰੇਬਲ ਹਾਈ ਕੋਰਟ ਦੇ ਵਿੱਚ 26/80/2022 ਉਹਦੇ ਵਿੱਚ ਆਰਡਰ ਕੀਤਾ ਹੈਗਾ ਆਨਰੇਬਲ ਕੋਰਟ ਨੇ ਕਿ ਅਸੀਂ ਜਿੰਨੀਆਂ ਵੀ ਰੋਡ ਵਰਮ ਦੇ ਉੱਤੇ ਪਬਲਿਕ ਲੈਂਡ 'ਤੇ ਇੰਕਰੋਚਮੈਂਟਸ ਨੇ ਅਸੀਂ 29/7 ਤੋਂ ਪਹਿਲਾਂ ਰਿਮੂਵ ਕਰਕੇ ਪ੍ਰਿੰਸੀਪਲ ਸੈਕਟਰੀ ਲੋਕਲ ਗਵਰਨਮੈਂਟ ਐਂਡ ਚੇਅਰਮੈਨ ਇੰਪਰੂਵਮੈਂਟ ਟਰੱਸਟ ਐਗਜੈਕਟਿਵ ਅਫਸਰ ਇੰਪਰੂਵਮੈਂਟ ਟਰੱਸਟ ਐਂਡ ਮੈਨੇ ਅਸੀਂ ਆਪਣੀ ਐਫੀਡੈਵਿਟ ਦੀ ਸ਼ੇਪ 'ਚ ਰਿਪੋਰਟ ਸਬਮਿਟ ਕਰਨੀ ਹੈ ਉਹ ਕਾਰਵਾਈ ਅੱਜ ਅਸੀਂ ਕਰ ਰਹੇ ਹਾਂ ਕੁਛ ਲੋਕ ਹੈਗੇ ਨੇ ਜਿਹੜੇ ਲੋਕ ਵੇਗਨ ਪਾ ਰਹੇ ਨੇ ਅਸੀਂ ਉਹਨਾਂ ਦਾ ਨੋਟ ਕੀਤਾ ਹੈਗਾ ਤੇ ਉਹਨਾਂ ਦਾ ਅਸੀਂ ਵੱਖਰੇ ਤੌਰ ਤੇ ਦੇਵਾਂਗੇ ਜੇ ਸਾਨੂੰ ਕੋਈ ਸਟ੍ਰਿਕਟ ਕਰੇਗਾ ਬਟ ਅਦਰਵਾਈਜ਼ ਇਸ ਟਾਈਮ ਰਾਈਟ ਨਾਓ ਇਟ ਇਜ਼ ਰਨਿੰਗ ਸਮੂਥਲੀ ਕਿਉਂਕਿ ਅਸੀਂ ਆਰਾਮ ਨਾਲ ਕਰ ਰਹੇ ਹਾਂ ਅਸੀਂ ਨੁਕਸਾਨ ਨਹੀਂ ਉਹਨਾਂ ਦਾ ਜਿਹੜਾ ਹੈਗਾ ਉਹ ਕਰਨ ਵਾਸਤੇ ਹੈਗੇ ਅਸੀਂ ਆਰਡਰ ਦਾ ਕੋਰਟ ਦੇ ਆਰਡਰ ਦਾ ਕੰਪਲਾਈਂਸ ਕਰਨਾ ਦੈਟ ਇਜ਼ ਵਾਟ ਵੀ ਆਰ ਪ੍ਰੀਸਾਈਜ਼ਲੀ ਸਰ ਅਸੀਂ ਕਿਹੜੇ ਜਿਹੜੇ ਡਿਮੋਲਿਸ਼ ਕਰ ਰਹੇ ਹਾਂ ਅਸੀਂ ਕਿਹੜੇ ਉਹਨੂੰ ਕਿਹੜੇ ਮਤਲਬ ਆਰਡਰ ਦੇ ਮੁਤਾਬਕ ਹੈ ਵੈਸੇ ਜਿਹੜਾ ਸੜਕ ਤੇ ਇਨਫੋਰਸਮੈਂਟ ਹੈ ਹਾਂ ਹਾਂ ਲੇਕਿਨ ਜਿਹੜਾ ਗ੍ਰੀਨ ਬੈਲਟ ਦੇ ਉੱਤੇ ਨੇ ਪੱਕੀ ਬਣਾਈ ਹੈ ਜਾਂ ਗ੍ਰਿਲਸ ਵਗੈਰਾ ਜਿਹੜਾ ਨੇ ਆਹ ਰਿਮੂਵ ਕਰਨੀ ਹੈ ਬਸ ਜਿਹੜਾ ਐਨੀ ਇਨਸਟਰਕਸ਼ਨ ਔਨ ਦਾ ਰੋਡ ਵਰਮ ਇਜ਼ ਟੂ ਬੀ ਰਿਮੂਵਡ ਠੀਕ ਹੈ ਜੀ
ਤੇ ਇੱਥੇ ਤਕਰੀਬਨ ਇਸ ਲਈ ਨਹੀਂ ਹੈਗਾ। ਚਲੋ 3000 ਤੇ ਹੋਏਗਾ ਜੀ? ਨਹੀਂ ਇੰਨਾ ਵੀ ਨਹੀਂ। ਤੁਸੀਂ ਕਿੰਨਾ ਕਰ ਦਿੱਤਾ ਜਿੰਨੇ ਵੀ ਨੇ ਬਸ ਸਾਰੇ ਦੀ ਜਿਸ ਕਿਸੇ ਦੇ ਵੀ ਕੋਚਮੈਂਟ ਅਸੀਂ ਰਿਮੂਵ ਕਰਕੇ 29 ਤੋਂ ਪਹਿਲਾਂ ਰਿਪੋਰਟ ਸਬਮਿਟ ਕਰ। ਮਤਲਬ ਲਗਾਤਾਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਾਰਵਾਈ ਚੱਲਦਾ ਰਹੇਗਾ ਜੀ।